ਜੋ ਵੇਦਾਸ ਦੇ ਵਿੱਚ ਤਿੰਨ ਲੋਕ ਨੇ ਇਹਦਾ ਕਨਸੈਪਟ ਕੀ ਹੈ ਔਰ ਤਿੰਨ ਹੀ ਬੇਸ ਕਲਰ ਕਿਉਂ ਹੈ ਔਰ ਤ੍ਰਿਮੂਰਤੀ ਦਾ ਕਨਸੈਪਟ ਹੈ ਜਿਹੜਾ ਇਹ ਵੇਦਾਸ ਦੇ ਵਿੱਚ ਕਿੱਥੋਂ ਆਇਆ ਸੋ ਇਹਦੇ ਬਾਰੇ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਨਰਕ ਸਵਰਗ ਕੀ ਹੈ ਠੀਕ ਹੈ ਨਰਕ ਲੋਕ ਕਿਸ ਚੀਜ਼ ਨੂੰ ਕਿਹਾ ਜਾਂਦਾ ਸਵਰਗ ਲੋਕ ਕੀ ਹੈ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਯੂਨੀਵਰਸ ਦੀ ਜਿਹੜੀ ਕੋਰ ਹੈ ਉਹ ਡਾਰਕ એનર્ਜੀ ਹੈ ਠੀਕ ਹੈ ਕਾਲਾ ਜਿਹਨੂੰ ਬਿਲਕੁਲ ਮਤਲਬ ਜਿੱਥੇ ਨਾਥਿੰਗ ਨਸਾ ਜਿੱਥੇ ਕੁਝ ਵੀ ਜਿੱਥੇ ਸੋਚ ਪਹੁੰਚ ਨਹੀਂ ਸਕਦੀ ਉਹ ਕੁੱਪ ਹਨੇਰਾ ਇਸੇ ਕਰਕੇ ਉਹਨੂੰ ਹਨੇਰਾ ਡਾਰਕ એનર્ਜੀ ਕਿਹਾ ਜਾਂਦਾ ਕਿ ਜਦੋਂ ਵੀ ਆਪਣਾ ਦਿਮਾਗ ਕਿਸੇ ਚੀਜ਼ ਨੂੰ ਸਮਝ ਨਹੀਂ ਪਾਉਂਦਾ ਲੌਜੀਕ ਨਾਲ ਆਪਾਂ ਨੂੰ ਹਨੇਰਾ ਲੱਗਦਾ ਵੇਦਾਸ ਜੋ ਰਿਸ਼ੀਆ ਨੇ ਜੋ ਸਤ ਤ੍ਰਿਸ਼ੀਸ 18 ਮੁਨੀਆਂ ਨੇ ਦੱਸਿਆ ਸੋ ਮੈਂ ਉਹਨੂੰ ਉਹਦੀ ਰੈਫਰੈਂਸ ਵਿੱਚ ਜਿਆਦਾ ਲੈ ਕੇ ਤੁਹਾਨੂੰ ਦੱਸੂਗਾ ਇਸ ਚੀਜ਼ ਦੇ ਬਾਰੇ ਯੂਨੀਵਰਸ ਦੇ ਲਾਰਡ ਦਾ ਨਾਮ ਰੱਖਿਆ ਗਿਆ ਵਿਸ਼ਨੂੰ ਜਿਹੜਾ ਵਿਸ਼ਨੂੰ ਹੈ ਇਹਦੀ ਪੂਰੇ ਯੂਨੀਵਰਸ ਦੀ ਹੈ ਇਹਦੇ ਵਿੱਚ ਦੋ ਮੋਡ ਇਹਦੀਆਂ ਫਾਰਮਸ ਨੇ ਇੱਕ ਫਾਰਮ ਹੈ ਜਿਹੜੀ ਉਹ ਅਸੀਂ ਅੱਖਾਂ ਨਾਲ ਦੇਖ ਵੀ ਸਕਦੇ ਆ ਠੀਕ ਹੈ ਤੇ ਜਿਹਨੂੰ ਆਪਾਂ ਕਹਿੰਦੇ ਕਿ ਪ੍ਰਮਾਤਮਾ ਅੱਖਾਂ ਨਾਲ ਦਿਖਦਾ ਵੀ ਆ ਪਰ ਇੱਕ ਇਹਦੀ ਹੈ ਜੀ ਫਾਰਮ ਹੈ ਜਿਹਨੂੰ ਆਪਾਂ ਦੇਖ ਨਹੀਂ ਸਕਦੇ ਉਹ ਇਨਵੀਜ਼ੀਬਲ ਫਾਰਮ ਹੈ ਜਿਹੜੀ ਇਨਵੀਜ਼ੀਬਲ ਫਾਰਮ ਹੈ ਉਹਦੇ ਵਿੱਚ ਦੋ ਮੋਡ ਪਾਵਰਸ ਨੇ ਜਿਹੜੀ ਪਹਿਲੀ ਪਾਵਰ ਹੈ ਠੀਕ ਹੈ ਉਹ ਮਸਕੁਲੇਨ ਹੈ ਦੂਸਰੀ ਕੀ ਹੈ ਫੈਮਿਨਨ ਇੱਕ ਸੋ ਜਿਨ੍ਹਾਂ ਨੂੰ ਮਸਕੁਲਨ ਤੇ ਫੈਮਿਨਨ ਦੇ ਬਾਰੇ ਆਹ ਨਹੀਂ ਪਤਾ એનર્ਜੀ ਬਾਰੇ ਮੈਂ ਥੋੜਾ ਜਿਹਾ ਰੈਫਰੈਂਸ ਦੇ ਨਾਲ ਸਮਝਾ ਦਿੰਦਾ ਜਿਹੜਾ ਜਿਹੜਾ ਮੇਲ ਹੈ ਇਹਦੇ ਵਿੱਚ ਮਸਕੁਲਨ એનર્ਜੀ ਦੀ ਡੋਮਿਨੈਂਸ ਜ਼ਿਆਦਾ ਹੁੰਦੀ ਹੈ ਫੀਮੇਲਸ ਦੇ ਵਿੱਚ ਫੈਮਿਨਲ એનર્ਜੀ ਦੀ ਡੋਮਿਨੈਂਸ ਜ਼ਿਆਦਾ ਹੁੰਦੀ ਹੈ ਜਿਵੇਂ ਬੰਦਾ ਤੇ ਲੇਡੀ ਠੀਕ ਹੈ ਇਹ ਮਸਕੁਲਨ ਤੇ ਫੈਮਿਨਨ ਹੈ ਠੀਕ ਹੈ ਨਾ ਬੰਦੇ ਦਾ ਸਪਰਮ ਜਿਹੜਾ ਉਹ ਲੇਡੀ ਦੇ ਗਰਭ ਵਿੱਚ ਜਾਂਦਾ ਤੇ ਗਰਭ ਦੇ ਵਿੱਚੋਂ ਇੱਡਾ ਵੱਡਾ ਬੱਚਾ ਪੈਦਾ ਹੋ ਜਾਂਦਾ ਬਿਲਕੁਲ ਇਹੀ એનર્ਜੀ ਇਸ ਹਨ ਕੋਲ ਹੈ ਸਨ ਨੂੰ ਸੂर्य ਦੇਵ ਕਿਹਾ ਜਾਂਦਾ ਹੈ ਧਰਤੀ ਨੂੰ ਮਾਂ ਕਿਹਾ ਗਿਆ ਹੈ ਠੀਕ ਹੈ ਧਰਤੀ ਮਾਂ ਕਿਉਂ ਕਿ ਕਿਉਂਕਿ ਸੂਰਜ ਦੀ ਲਾਈਟ ਹੈ ਜਿਹੜੀ ਉਹ ਧਰਤੀ ਤੇ ਪੈਂਦੀ ਹੈ ਧਰਤੀ ਦੇ ਗਰਭ ਦੇ ਉੱਤੇ ਪੈਂਦੀ ਹੈ ਧਰਤੀ ਆਪਣੇ ਆਪ ਦੇ ਵਿੱਚ ਉਦਾਂ ਹੀ ਬੱਚਾ ਪੈਦਾ ਕਰ ਦਿੰਦੀ ਹੈ ਜਿਵੇਂ ਔਰਤ ਪੈਦਾ ਕਰਦੀ ਹੈ ਸੁੱ ਧਰਤੀ ਫੈਮਿਨਲ એનર્ਜੀ ਨਾਲ ਭਰੀ ਹੋਈ ਹੈ ਸੋ ਜਿਹੜੀ ਵਿਸ਼ਨੂ ਦੀ ਵਿਜੀਬਲ ਫਾਰਮ ਹੈ ਇਹਦੇ ਵਿੱਚ ਤਿੰਨ ਮੇਨ ਚੀਜ਼ਾਂ ਆ ਜਾਂਦੀਆਂ ਨੇ ਤਿੰਨ ਮੇਨ ਡਾਈਮੈਂਸ਼ਨਸ ਨੇ ਜਨਰੇਸ਼ਨ ਆਪਰੇਸ਼ਨ ਡਿਸਟਰਕਸ਼ਨ ਜਿਹਨੂੰ ਆਪਾਂ ਜੀਓਡੀ ਕਹਿੰਦੇ ਆ ਜਨਰੇਸ਼ਨ ਦੇ ਵਿੱਚ ਆ ਜਾਂਦਾ ਜਨਰੇਟਰ ਜਿਹਨੂੰ ਬ੍ਰਹਮਾ ਕਹਿੰਦੇ ਆ ਆਪਰੇਸ਼ਨ ਦੇ ਵਿੱਚ ਆਪਰੇਟਰ ਹੋ ਜਾਂਦਾ ਤਾਂ ਉਹਨੂੰ ਆਪਾਂ ਵਿਸ਼ਨੂ ਕਹਿੰਦੇ ਆ ਡਿਸਟਰਕਸ਼ਨ ਦੇ ਵਿੱਚ ਸ਼ਿਵ ਹੈ ਸੋ ਇੱਕ ਤਿੰਨ ਇਹਨੂੰ ਤ੍ਰੀ ਮੂਰਤੀ ਹੈ ਤ੍ਰੀ ਮੂਰਤੀ ਦਾ ਮਤਲਬ ਇਹ ਹੈ ਕਿ ਯੂਨੀਵਰਸ ਦੇ ਕੋਲ ਤਿੰਨ ਪਾਵਰਸ ਨੇ ਠੀਕ ਹੈ ਤਿੰਨ ਹੱਥ ਨੇ ਯੂਨੀਵਰਸ ਦੇ ਜਿਵੇਂ ਮੇਰੇ ਦੋ ਹੱਥ ਮੂਵ ਕਰ ਰਿਹਾ ਇਕੱਠੇ ਜਿਵੇਂ ਆਪਣੇ ਦੋ ਹੱਥ ਇਕੱਠੇ ਮੂਵ ਕਰਦੇ ਇਸੇ ਤਰ੍ਹਾਂ ਯੂਨੀਵਰਸ ਦੇ ਤਿੰਨ ਹੱਥ ਇਕੱਠੇ ਪੈਰਲਲ ਮੂਵ ਕਰਦੇ ਆ ਉਹ ਇੱਕ એનર્ਜੀ ਦੇ ਨਾਲ ਪੂਰੀ ਸ੍ਰਿਸ਼ਟੀ ਕ੍ਰੀਏਟ ਕਰਦਾ ਦੂਸਰੀ એનર્ਜੀ ਦੇ ਨਾਲ ਪੂਰੀ ਸ੍ਰਿਸ਼ਟੀ ਚਲਾਉਂਦਾ ਤੀਸਰੀ એનર્ਜੀ ਦੇ ਨਾਲ ਉਹ ਸਾਰੀ ਚੀਜ਼ ਨੂੰ ਖਤਮ ਕਰ ਦਿੰਦਾ ਫੇਰ ਉਸ ਨੂੰ ਕਨਵਰਟ ਕਰਕੇ ਇਦੇ ਵਿੱਚ ਹਰ ਇੱਕ ਚੀਜ਼ ਆ ਜਾਂਦੀ ਹੈ ਚਾਹੇ ਉਹ ਸਟਾਰਸ ਲਾ ਲਓ ਚਾਹੇ ਉਹ ਆਪਣੀ ਹਿਊਮਨ ਦੀ ਬਾਡੀ ਲਾ ਲਓ ਚਾਹੇ ਧਰਤੀ ਉੱਤੇ ਹਰ ਇੱਕ ਚੀਜ਼ ਪਹਿਲਾਂ ਪੈਦਾ ਹੁੰਦੀ ਹੈ ਫਿਰ ਉਹਦਾ ਇੱਕ ਲਾਈਫ ਹੁੰਦਾ ਤੇ ਫਿਰ ਉਹ ਲਾਈਫ ਤੋਂ ਬਾਅਦ ਖਤਮ ਹੋ ਜਾਂਦੀ ਹੈ ਪੂਰੇ ਬ੍ਰਹਮੰਡ ਦੇ ਵਿੱਚ ਤਿੰਨ ਹੀ ਚੀਜ਼ਾਂ ਚੱਲ ਰਹੀਆਂ ਨੇ ਇਹ ਇਹ ਤਿੰਨ ਹੀ ਮੇਨ ਫਾਰਮਸ ਨੇ ਤ੍ਰਿਮੂਰਤੀ ਇਸ ਕਰਕੇ ਕਿਹਾ ਜਾਂਦਾ ਹੈ ਤਿੰਨ ਹੀ ਬੇਸ ਕਲਰ ਨੇ ਠੀਕ ਹੈ ਤਿੰਨ ਬੇਸ ਕਲਰ ਕੀ ਨੇ ਇੱਕ ਲਾਲ ਹੋ ਗਿਆ ਇੱਕ ਸੰਤਰੀ ਆ ਤੇ ਇੱਕ ਨੀਲਾ ਆ ਇਨੂੰ ਕਿਉਂ ਕਿਹਾ ਜਾਂਦਾ ਤਿੰਨ ਹੀ ਬੇਸ ਕਲਰ ਕਿਉਂ ਨੇ ਕਿਉਂਕਿ ਤਿੰਨ ਕਲਰ ਅਗਨੀ ਦੇ ਕਲਰ ਹੈ ਠੀਕ ਹੈ ਜਦੋਂ ਅਗਨੀ ਬਲਣਾ ਸ਼ੁਰੂ ਹੁੰਦੀ ਹੈ ਜਦੋਂ ਉਹਦੀ ਬਿਲਕੁਲ ਜਿੱਥੇ ਬਲਦੀ ਹੈ ਠੀਕ ਹੈ ਜੇ ਤੁਸੀਂ ਨਾਰਮਲ ਕਿਤੇ ਅੱਗ ਵੀ ਜਲਾਉਣੀ ਚਾਹ ਗੈਸ ਵੀ ਹੁੰਦੀ ਹੈ ਜਾਂ ਕੈਂਡਲ ਵੀ ਲਾਉਣੀ ਦਿਆ ਵੀ ਲਾਉਣੀਓ ਤਾਂ ਸਭ ਤੋਂ نیچے ਨੀਲੇ ਰੰਗ ਦੀ ਅਗਨੀ ਹੁੰਦੀ ਹੈ ਨੀਲੇ ਫਿਰ ਉਸ ਤੋਂ ਬਾਅਦ ਠੀਕ ਹੈ ਲਾਲ ਹੈ ਜਿਹੜਾ ਉਹ ਬੇਸਿਕਲੀ ਸੰਤਰੀ ਦਾ ਹੀ ਸ਼ੇਡ ਹੈ ਇਹ ਤਿੰਨੇ ਇੱਕੋ ਜਿਹੇ ਸ਼ੇਡ ਨੇ ਅਗਨੀ ਦੇ ਸ਼ੇਡ ਨੇ ਜਿਵੇਂ ਜਦੋਂ ਅਗਨੀ ਜਦੋਂ ਫਲੇਮ ਜਲ ਰਹੀ ਹੈ ਫਲੇਮ ਦੇ ਜਮ ਵਿਚਕਾਰ ਵਾਲਾ ਜਿਹੜਾ ਕਲਰ ਹੁੰਦਾ ਬਹੁਤ ਡਾਰਕ ਰੈੱਡ ਹੁੰਦਾ ਇਸੇ ਕਰਕੇ ਜਦੋਂ ਲੋਹਾ ਬਹੁਤ ਜ਼ਿਆਦਾ ਅਗਨੀ ਦੇ ਵਿੱਚ ਹੋ ਜਾਂਦਾ ਤਾਂ ਲੋਹਾ ਪੂਰਾ ਲਾਲ ਹੋ ਜਾਂਦਾ ਠੀਕ ਹੈ ਔਰ ਸੰਤਰੀ ਕੀ ਹੈ ਕਿ ਉੱਪਰਲੀ ਜਿਹੜੀ ਫਲੇਮ ਹੁੰਦੀ ਆ ਉਹ ਸੰਤਰੀ ਹੁੰਦੀ ਆ ਆਲਵੇਜ਼ ਜਿਵੇਂ ਸੂਰਜ ਅਗਨੀ ਦਾ ਗੋਲਾ ਜਦੋਂ ਸ਼ਾਮ ਨੂੰ ਸੂਰਜ ਢਲਦਾ ਹੁੰਦਾ ਤਾਂ ਸੰਤਰੀ ਨਜ਼ਰ ਆਉਂਦਾ ਸੋ ਬੇਸਿਕਲੀ ਅਗਨੀ ਦੇ ਤਿੰਨ ਕਲਰ ਆ ਇਸੇ ਕਰਕੇ ਸਾਰੇ ਧਰਮਾਂ ਦੇ ਵਿੱਚ ਤਿੰਨ ਹੀ ਮੇਨ ਕਲਰ ਰੱਖੇ ਜਾਂਦੇ ਨੇ ਕੇਸਰੀ ਜਿਹਨੂੰ ਆਪਾਂ ਕਹਿ ਦਿੰਦੇ ਆ ਨੀਲਾ ਕੀ ਤਿੰਨ ਹੀ ਮੇਨ ਕਲਰ ਨੇ ਕਿਉਂਕਿ ਤਿੰਨੇ ਅਗਨੀ ਦੇ ਕਲਰ ਆ ਔਰ ਅਗਨੀ ਤੋਂ ਪੂਰੀ ਸ੍ਰਿਸ਼ਟੀ ਚੱਲ ਰਹੀ ਹੈ ਸੂਰਜ ਦੀ ਲਾਈਟ ਜਿੱਥੇ ਪੈਂਦੀ ਹੈ ਉੱਥੇ ਸਾਰੀ ਕੁਦਰਤ ਪੈਦਾ ਹੁੰਦੀ ਹੈ ਸੋ ਸੂਰਜ ਦੇ ਅਰਾਊਂਡ ਮਤਲਬ ਸੂਰਜ ਕੀ ਅਗਨੀ ਦਾ ਗੋਲਾ ਅਗਨੀ ਦੇ ਅਰਾਊਂਡ ਪੂਰੀ ਲਾਈਫ ਕੋ ਹੁੰਦੀ ਹੈ ਸੋ ਜਿਹੜਾ ਇਹ ਯੂਨੀਵਰਸ ਹੈ ਯੂਨੀਵਰਸ ਦੇ ਲਾਰਡ ਤੇ ਜਿਹੜੀ ਤਿੰਨ ਫਾਰਮਸ ਨੇ ਇਹਦੇ ਕੋਲ ਮੈਸਿਕਲੀ ਤਿੰਨ ਪਾਵਰਸ ਨੇ ਜਿਹੜੀ ਪਹਿਲੀ ਪਾਵਰ ਹੈ ਉਹ ਹੈ ਕਿ ਹੈ ਜਿਹੜੀ ਵਿਸ਼ਨੂ ਦੀ ਆਵਦੀ ਮੇਨ ਸ਼ਕਤੀ ਹੈ ਉਹ ਹੈਗੀ ਹੈ ਸ਼ਰੀ ਸ਼ਕਤੀ ਸ਼੍ਰੀ ਸ਼ਕਤੀ ਮਤਲਬ ਲਕਸ਼ਮੀ ਜੋ ਪੂਰੇ ਯੂਨੀਵਰਸ ਨੂੰ ਰੂਲ ਕਰਦੀ ਹੈ ਠੀਕ ਹੈ ਇਹ ਸੈਂਟਰ ਦੇ ਵਿੱਚ ਆਉਂਦੀ ਹੈ ਜਿਹੜੀ ਇਹਦੀ ਜਿਹਦੇ ਨਾਲ ਇਹ ਕ੍ਰੀਏਟ ਕਰਦਾ ਹੈ ਉਹ ਹੈਗੀ ਹੈ ਭੂ ਸ਼ਕਤੀ ਠੀਕ ਹੈ ਭੂ ਸ਼ਕਤੀ ਦੇ ਨਾਲ ਇਹ ਲਾਈਫ ਨੂੰ ਕ੍ਰੀਏਟ ਕਰਦਾ ਤੀਸਰੀ ਆ ਜਾਂਦੀ ਹੈ ਨੀਲਾ ਸ਼ਕਤੀ ਕਿ ਹੈ ਜਿਵੇਂ ਸਬ ਜਦੋਂ ਡੰਗ ਮਾਰਦਾ ਹੈ ਤਾਂ ਜ਼ਹਿਰ ਆਉਂਦਾ ਹੈ ਤਾਂ ਬਾਡੀ ਪਹਿਲਾਂ ਨੀਲੀ ਪੈਂਦੀ ਹੈ ਫਿਰ ਕਾਲੀ ਹੁੰਦੀ ਹੈ ਮਤਲਬ ਡਿਸਟਰਕਟਿਵ ਜਿਹੜੀ ਪਾਵਰ ਹੈ ਉਹ ਨੀਲਾ ਸ਼ਕਤੀ ਸ਼ਿਵ ਹੈ ਜਿਹੜਾ ਠੀਕ ਹੈ ਕਿਉਂਕਿ ਥਰਡ ਡਾਈਮੈਂਸ਼ਨ ਕਿਹਾ ਜਾਂਦਾ ਸ਼ਿਵ ਤਾਂ ਹੀ ਉਹ ਉਹਦੀ ਪਿਕਚਰਜ਼ ਨੀਲੀਆਂ ਪੇਂਟ ਕੀਤੀਆਂ ਹੁੰਦੀਆਂ ਨੇ ਕਿਉਂਕਿ ਨੀਲਾ ਸ਼ਕਤੀ ਨਾਲ ਭਰਿਆ ਹੋਇਆ ਡਿਸਟਰਕਟਿਵ ਪਾਵਰ ਨਾਲ ਭਰਿਆ ਹੋਇਆ ਪਰ ਇਹ ਤਿੰਨੇ ਇੱਕੋ ਹੀ ਬਾਡੀ ਹੈ ਠੀਕ ਹੈ ਇੱਕ ਦੀ ਜਿਹੜੀ ਪਹਿਲੀ ਫਾਰਮ ਆ ਉਹ ਭੂ ਸ਼ਕਤੀ ਭੂ ਸ਼ਕਤੀ ਦਾ ਜਿਹੜਾ ਗੁਣਾ ਉਹ ਰਜੋ ਗੁਣਾ ਸ਼੍ਰੀ ਸ਼ਕਤੀ ਦਾ ਗੁਣਾ ਸਤਵੋ ਗੁਣਾ ਐਟ ਨੀਲਾ ਸ਼ਕਤੀ ਦਾ ਗੁਣਾ ਤਮੋ ਗੁਣਾ ਇਹ ਤਿੰਨ ਜਿਹੜੇ ਗੁਣ ਨੇ ਤਿੰਨ ਗੁਣਾ ਦੇ ਨਾਲ ਮਤਲਬ ਯੂਨੀਵਰਸ ਦੇ ਵਿੱਚ ਤਿੰਨ ਗੁਣਾ ਜਿਹੜਾ ਜਿਹੜਾ ਸਤਵੋ ਗੁਣਾ ਨਾਲ ਸ਼੍ਰੀ ਸ਼ਕਤੀ ਹੈ ਜਿਹੜੀ ਠੀਕ ਹੈ ਉਹਦੇ ਨਾਲ ਹੀ ਇਹ ਪੂਰੀ ਡਿਵਾਈਨ ਕਲਾਸ ਨੂੰ ਪੈਦਾ ਕਰਦਾ ਡਿਵਾਈਨ ਕਲਾਸ ਕਿਹਨੂੰ ਕਹਿੰਦੇ ਸੂਰਜ ਠੀਕ ਹੈ ਚੰ드ਰਮਾ ਮਤਲਬ ਗ੍ਰਹਿ ਜਿਹੜੀ ਯੂਨੀਵਰਸ ਦੇ ਵਿੱਚ ਜਿੰਨੇ ਵੀ ਗ੍ਰਹਿ ਨੇ ਜਿਹੜੇ ਸੁਪਰੀਮ ਪੁਆਇੰਟਸ ਨੇ ਜੋ ਹਿਊਮਨ ਤੋਂ ਬਹੁਤ ਬਿਉਂਡ ਨੇ ਠੀਕ ਹੈ ਜਿਨ੍ਹਾਂ ਦਾ ਪ੍ਰਭਾਵ ਹੈ ਹਿਊਮਨ ਦੇ ਉੱਪਰ ਸੋ ਜਿਵੇਂ ਚੰ드ਰਮਾ ਹੋ ਗਿਆ ਠੀਕ ਹੈ ਜੂਪੀਟਰ ਪਲੈਨਟ ਹੋ ਗਿਆ ਸ਼ਨੀ ਜਿਹਨੂੰ ਸੈਟਰਨ ਪਲੈਨਟ ਹੋ ਗਿਆ ਜਿੰਨੇ ਵੀ ਪਲੈਨਟ ਨੇ ਇਸ ਸਤਵੋ ਗੁੜਾ ਨਾਲ ਕ੍ਰੀਏਟ ਹੁੰਦੇ ਆ ਫੇਰ ਸਤਵੋ ਗੁਣਾ ਤੋਂ ਬਾਅਦ ਆਉਂਦਾ ਰਜੋ ਗੁਣਾ ਠੀਕ ਹੈ ਰਜੋ ਗੁਣਾ ਜਿਹੜਾ ਹੈਗਾ ਅ ਭੂ ਸ਼ਕਤੀ ਹੈ ਇਹਦੇ ਚ ਇਸ ਸੈਂਸਰੀ ਆਰਗਨਸ ਨੂੰ ਜਿਵੇਂ ਆਪਣੀ ਬਾਡੀ ਦੇ ਅੰਦਰ ਜਿੰਨੇ ਵੀ ਸੈਂਸਰੀ ਆਰਗਨਸ ਆ ਇਹ ਸਾਰੇ ਭੂ ਸ਼ਕਤੀ ਨਾਲ ਪੈਦਾ ਹੋਏ ਆ ਠੀਕ ਹੈ ਭੂ ਸ਼ਕਤੀ ਨੂੰ ਰੂਲ ਕਰਦਾ ਹੈ ਪ੍ਰਭਾ ਜਿਹੜੀ ਤਮੋ ਗੁਣਾ ਜਾਂ ਤਮੋ ਗੁਣਾ ਨਾਲ ਜੋ ਸ਼ਿਵਦਾ ਦਾ ਆ ਉਹਦੇ ਵਿੱਚ ਫਾਈਵ ਐਲੀਮੈਂਟਸ ਜਿਵੇਂ ਓਮ ਨਾਮਾ ਸ਼ਿਵਾਯ ਨਾ ਮਤਲਬ ਮਿੱਟੀ ਮਾ ਮਤਲਬ ਜਲ ਸ਼ੀ ਮਤਲਬ ਅਗਨੀ ਵਾ ਮਤਲਬ ਵాయు ਜਾਂ ਮਤਲਬ ਆਕਾਸ਼ ਪੰਜ ਐਲੀਮੈਂਟਸ ਦੇ ਨਾਲ ਸਰੀਰ ਬਣਦਾ ਡਿਮੈਂਸ਼ਨ ਹੈ ਠੀਕ ਹੈ ਪੈਰਲਲ ਚਲਦੀ ਹੈ ਇਹਦੇ ਚ ਪਹਿਲਾ ਦੂਸਰੇ ਨੰਬਰ ਤੇ ਕੁਛ ਨਹੀਂ ਹੈ ਪੈਰਲਲ ਚਲਦੀ ਹੈ ਸੋ ਬੇਸਿਕਲੀ ਇਹਨਾਂ ਤਿੰਨਾਂ ਦੇ ਨਾਲ ਹੀ ਜਿਹੜੀ ਸ੍ਰਿਸ਼ਟੀ ਹੈ ਉਹ ਚੱਲ ਰਹੀ ਹੈ ਸ੍ਰਿਸ਼ਟੀ ਤੋਂ ਬਿਊਂਡ ਵੀ ਚੱਲ ਰਹੀ ਹੈ ਸੋ ਹੁਣ ਆਪਾਂ ਗੱਲ ਕਰਦੇ ਆ ਗ੍ਰੈਵਿਟੇਸ਼ਨਲ ਪਾਵਰ ਗ੍ਰੈਵਿਟੇਸ਼ਨਲ ਪਾਵਰ ਕਾਦੇ ਨਾਲ ਪੈਦਾ ਹੁੰਦੀ ਹੈ ਸੋ ਜਿਵੇਂ ਤਿੰਨ ਬੇਸ ਕਲਰਾਂ ਤੋਂ ਮਿਕਸ ਹੋ ਕੇ ਅੱਗੇ ਕਲਰ ਬਣਦੇ ਆ ਇਸੇ ਤਰ੍ਹਾਂ ਜਿਹੜੀਆਂ ਮੁੱਢ ਤੋਂ એનਰਜੀਜ਼ ਨੇ ਸ੍ਰੀ ਸ਼ਕਤੀ ਤੇ ਬੂ ਸ਼ਕਤੀ ਨੀਲਾ ਸ਼ਕਤੀ ਵੀ ਸ਼੍ਰੀ ਸ਼ਕਤੀ ਤੇ ਸਰਭੂ ਸ਼ਕਤੀ ਇਹ ਕੰਬਾਈਨ ਹੋ ਕੇ ਗ੍ਰੈਵਿਟੇਸ਼ਨਲ ਪਾਵਰ ਦਾ ਜਨਮ ਹੁੰਦਾ ਹੈ ਜਿਵੇਂ ਸਪੋਜ਼ ਕਰੋ ਕੋਈ ਵੀ ਚੀਜ਼ ਜਦੋਂ ਯੂਨੀਵਰਸ ਦੇ ਵਿੱਚ ਸਪੋਜ਼ ਕਰੋ ਬਲੈਕ ਹੋਲ ਜਿਹਦੇ ਵਿੱਚੋਂ ਨਿਕਲ ਰਹੀ ਹੈ ਜੈ ਕਿ ਯੂਨੀਵਰਸ ਦੇ ਵਿੱਚ ਸਾਇੰਸ ਕਿੰਦੀਆਂ ਬੜੀਆਂ ਬਲੈਕ ਹੋਲਸ ਨੇ ਸੋ ਮਤਲਬ ਉਹ ਆਪਣੀ ਚੀਜ਼ ਲੌਜੀਕ ਤੋਂ ਬਿਓਂਡ ਹੈ ਜੋ ਤੋਂ ਸਪੋਜ਼ ਕਰੋ ਕਿ ਜਦੋਂ ਡਾਰਕ ਚੀਜ਼ ਦੇ ਵਿੱਚੋਂ ਬਾਹਰ ਚੀਜ਼ ਨਿਕਲਦੀ ਆ ਜਦੋਂ ਉਹ ਚੀਜ਼ ਨਿਕਲਦੀ ਆ ਤਾਂ ਉਹ ਇੱਕ ਦੋ એનਰਜੀਜ਼ ਨਾਲ ਆਕਰਸ਼ਣ ਦੀ ਚੀਜ਼ ਪੈਦਾ ਕਰਦੀ ਆ ਜਦੋਂ ਵੀ ਕੋਈ ਚੀਜ਼ ਯੂਨੀਵਰਸ ਦੇ ਵਿੱਚ ਅੱਗੇ ਮੂਵ ਕਰਦੀ ਹੈ ਜਦੋਂ ਆਕਰਸ਼ਨ ਹੋਏਗਾ ਕਿਸੇ ਚੀਜ਼ ਦੇ ਵਿੱਚ ਤਾਂ ਜਿਵੇਂ ਧਰਤੀ ਸੂਰਜ ਨੂੰ ਆਪਦੇ ਦੇ ਉੱਤੇ ਗ੍ਰੈਵਿਟੇਸ਼ਨਲ ਪਾਵਰ ਲਾਉਂਦੀ ਹੈ ਸੂਰਜ ਆ ਜਿਹੜਾ ਉਹ ਧਰਤੀ ਨੂੰ ਆਪਣੇ ਵੱਲ ਖਿੱਚ ਰਿਹਾ ਤਾਂ ਸਾਰੀ ਚੀਜ਼ ਯੂਨੀਵਰਸ ਦੇ ਵਿੱਚ ਇਦਾਂ ਮੂਵ ਕਰਦੀ ਹੈ ਮੂਵਮੈਂਟ ਦੇ ਨਾਲ ਹੀ ਸਪੇਸ ਕ੍ਰੀਏਟ ਹੁੰਦੀ ਹੈ ਜੋ ਥਿਉਰੀ ਆਫ ਰੈਲੇਟਿਵਿਟੀ ਜੋ ਆਇਨਸਟਾਈਨ ਨੇ ਦੱਸਿਆ ਠੀਕ ਹੈ ਉਹ ਇਹੀ ਚੀਜ਼ ਹੈ ਕਿ ਬੇਸਿਕਲੀ ਇਸ ਯੂਨੀਵਰਸ ਦੇ ਵਿੱਚ ਹਰ ਇੱਕ ਚੀਜ਼ ਆਕਰਸ਼ਨ ਦੀ ਪਾਵਰ ਦੇ ਨਾਲ ਹੀ ਸਪੇਸ ਨੂੰ ਕ੍ਰੀਏਟ ਕਰ ਰਹੀ ਹੈ ਇਹ ਦੋ ਹੀ ਸ਼ਕਤੀਆਂ ਨਾਲ ਗ੍ਰੈਵਿਟੇਸ਼ਨਲ ਪਾਵਰ ਬਣਦੀ ਹੈ ਨੀਲਾ ਸ਼ਕਤੀ ਤਾਂ ਨਹੀਂ ਆਉਂਦੀ ਜੇ ਮੈਂ ਸਪੋਜ਼ ਕਰوں ਇੱਕ ਕੋਈ ਮੈਟਿਓਰ ਜਾ ਰਿਹਾ ਠੀਕ ਹੈ ਉਹਦੇ ਉੱਪਰ ਯੂਨੀਵਰਸ ਦੇ ਵਿੱਚ ਉਹ ਗ੍ਰੈਵਿਟੇਸ਼ਨਲ ਪਾਵਰ ਨਾਲ ਜਾ ਰਿਹਾ ਪਹਿਲੇ ਦੋ ਨਾਲ ਜਾ ਰਿਹਾ ਜਿਸ ਮੂਮੈਂਟ ਦੇ ਉੱਤੇ ਕਿ ਡਿਸਟਰੋਏ ਹੋ ਜਾਏਗਾ ਤਾਂ ਗ੍ਰੈਵਿਟੇਸ਼ਨਲ ਪਾਵਰ ਹੀ ਖਤਮ ਹੋ ਜਾਏਗੀ ਉਸ ਪਾਰਟਿਕੂਲਰ ਚੀਜ਼ ਦੀ ਬੇਸਿਕਲੀ ਉਹ ਬਹੁਤ ਹਿੱਸਿਆਂ ਦੇ ਵਿੱਚ ਡਿਵਾਈਡ ਹੋ ਜਾਏਗੀ ਠੀਕ ਹੈ ਨਾ ਇਸੇ ਕਰਕੇ ਜਿਹੜੀ ਡਿਸਟਰਕਟਿਵ ਪਾਵਰ ਹੈ ਉਹ ਖਤਮ ਕਰਦੀ ਹੈ ਇਸ ਚੀਜ਼ ਨੂੰ ਇਸੇ ਕਰਕੇ ਜਿਹੜੀ ਆਕਰਸ਼ਨ ਦੀ ਪਾਵਰ ਹੈ ਉਹ ਦਾ ਕਦੇ ਵੀ ਡਿਸਟਰਕਟਿਵ એનર્ਜੀ ਦੇ ਨਾਲ ਰਿਲੇਸ਼ਨ ਨਹੀਂ ਹੈ ਡਿਸਟਰਕਟਿਵ એનર્ਜੀ ਬਸ ਜੋ ਨੀਲਾ ਸ਼ਕਤੀ ਹੈ ਉਹ ਆਪਣੇ ਆਪ ਦੇ ਵਿੱਚ ਇਕ ਹੈ ਉਹ ਤਾਂ ਹੋਰ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਆ ਸੋ ਇਹਦਾ ਮੁੱਢ ਫੇਰ ਬੇਸ ਵਿਸ਼ਨੂ ਹੈ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਤਿੰਨ ਲੋਕਾਸ ਸਵਰਗ ਭੂ ਲੋਕਾ ਤੇ ਨਰਕ ਸਵਰਗ ਜਿਹੜਾ ਉਹ ਵਿਸ਼ਨੂੰ ਦਾ ਲੋਕ ਹੈ ਦੇਵੀ ਦੇਵਤਿਆਂ ਦਾ ਲੋਕ ਹੈ ਭੂ ਲੋਕ ਧਰਤੀ ਨੂੰ ਕਿਹਾ ਜਾਂਦਾ ਨਰਕਾ ਠੀਕ ਹੈ ਉਹ ਤਮੋ ਦੇ ਅੰਦਰ ਆਉਂਦਾ ਆ ਸ਼ਿਵ ਦਾ ਆਉਂਦਾ ਸ਼ਿਵ ਨਹੀਂ ਕਹਿੰਦੇ ਭੂਤ ਪ੍ਰੇਤ ਦਾ ਲਾਰਡ ਹੈ ਸਭ ਭੂਤਾਂ ਪ੍ਰੇਤਾਂ ਦਾ ਲਾਰਡ ਹੈ ਕਿਉਂ ਕਿਹਾ ਗਿਆ ਜਿਹੜਾ ਸਵਰਗ ਹੈ ਸਵਰਗ ਦਾ ਮਤਲਬ ਕੀ ਹੈ ਕਿ ਦੇਵੀ ਦੇਵਤੇ ਸਵਰਗ ਚ ਰਹਿੰਦੇ ਨੇ ਬੇਸਿਕਲੀ ਜਿਹੜਾ ਇਹ ਯੂਨੀਵਰਸ ਹੈ ਠੀਕ ਹੈ ਜਿਹੜੀ ਇਹਦੀ ਪਹਿਲੀ ਕੋਰ ਹੈ ਇਹਦੇ ਚ ਸਾਰੀ ਡਿਵਾਈਨ ਕਲਾਸ ਜਿਨਨੇ ਪਲੈਨੈਟਸ ਹੋਗੇ ਠੀਕ ਹੈ ਜਿਨਨੇ ਗੈਲੈਕਸੀਸ ਹੋਗੇ ਇਹਨੂੰ ਸਵਰਗ ਕਿਹਾ ਜਾਂਦਾ ਜਿਹੜੀ ਜਿਹੜੀ ਧਰਤੀ ਉੱਤੇ ਲਾਈਫ ਹੈ ਇਹਨੂੰ ਭੂ ਲੋਕ ਕਿਹਾ ਜਾਂਦਾ ਜਿਦੇ ਚ ਅਸੀਂ ਆਂ ਭੂਮੀ ਭੂਮੀ ਦੇ ਉੱਤੇ ਰਹਿਣ ਵਾਲਾ ਭੂ ਲੋਕ ਹੈ ਮਤਲਬ ਜੋ ਆਪਣਾ ਸਾਰਾ ਲਿਵਿੰਗ ਜੋ ਹੈ ਸਾਡਾ ਵਰਲਡ ਜਿਹੜਾ ਨਰਕ ਹੈ ਨਰਕ ਮਤਲਬ ਜਦੋਂ ਬੰਦਾ ਨਾ ਹੀ ਤੇ ਸੁਪਰੀਮ ਦੇ ਨਾਲ ਪਹੁੰਚਿਆ ਆ ਵਾਪਸ ਜਿੱਥੋਂ ਨਿਕਲਿਆ ਆ ਉਸ એનર્ਜੀ ਦੇ ਵਿੱਚ ਵਾਪਸ ਨਹੀਂ ਗਿਆ ਠੀਕ ਹੈ ਇਸੇ ਕਰਕੇ ਕਹਿੰਦੇ ਨੇ ਨਰਕ ਦੇ ਵਿੱਚ ਮੋਸਟ ਆਫ ਲੋਕ ਜਾਂਦੇ ਨੇ ਸਵਰਗ ਦੇ ਵਿੱਚ ਕੋਈ ਵਿਰਲਾ ਹੀ ਜਾਂਦਾ ਹੈ ਦੇਵੀ ਦੇਵਤਾ ਕੋਲੇ ਪਹੁੰਚ ਗਿਆ ਮਤਲਬ ਕੀ ਹੈ ਕਿ ਜਿੱਥੋਂ ਪੂਰਾ ਸਭ ਕੁਝ ਨਿਕਲੇ ਆਇਆ ਉੱਥੇ ਜਦੋਂ ਤੁਹਾਡੀ ਕੌਨਸ਼ੀਅਸ ਮੈਮਰੀ ਇਸ ਸਾਰੇ ਸਮੇਂ ਦੇ ਗੇੜ ਨੂੰ ਡੀਫੀਟ ਕਰਕੇ ਡੀਫੀਟ ਹੀ ਕਹਾਂਗੇ ਕਿਉਂਕਿ ਮਾਇਆ ਜਾਲ ਹੈ ਸਮਝਦੇ ਇਹਦੇ ਵਿੱਚੋਂ ਨਿਕਲ ਕੇ ਇਹਦੇ ਵਿੱਚੋਂ ਨਿਕਲ ਕੇ ਮਾਇਆ ਜਾਲ ਤੋਂ ਜਦੋਂ ਉੱਥੇ ਤੱਕ ਪਹੁੰਚ ਜਾਂਦੀ ਹੈ ਨਾ ਤੇ ਫਿਰ ਉਹ ਇਸ ਲਾਈਫ ਤੋਂ ਬਾਅਦ ਠੀਕ ਹੈ ਜਿੱਥੇ ਜਿਹੋ ਜੀ ਤੁਹਾਡੀ ਕੌਨਸ਼ੀਅਸ ਮੈਮਰੀ ਹੁੰਦੀ ਹੈ ਮਾਈਂਡ ਮੈਮਰੀ ਤੋਂ ਬਿਯੋਂਡ ਉਹੇ ਜੀ ਚੀਜ਼ ਤੁਹਾਡੀ ਇਸ ਲਾਈਫ ਖਤਮ ਹੋਣ ਤੋਂ ਬਾਅਦ ਹੁੰਦੀ ਹੈ ਜਿਵੇਂ ਜੇ ਤੁਹਾਡੇ ਮਨ ਦੇ ਵਿੱਚ ਇੱਛਾਵਾਂ ਨੇ ਡਿਜ਼ਾਇਰ ਨੇ ਤਾਂ ਤੁਸੀਂ ਨਰਕ ਜਾਂ ਨਰਕ ਦਾ ਮਤਲਬ ਕੀ ਹੈ ਜਦੋਂ ਤੁਹਾਡਾ ਸਰੀਰ ਖਤਮ ਹੋ ਗਿਆ ਪਰ ਤੁਸੀਂ ਉੱਥੇ ਪਹੁੰਚੇ ਨਹੀਂ ਜਿੱਥੋਂ ਤੁਸੀਂ ਆਏ ਹੋ ਫਿਰ ਤੁਹਾਡੀ ਜਿਹੜੀ ਕੌਨਸ਼ੀਅਸ ਮੈਮਰੀ ਉਹ ਇਸ யுਨੀਵਰਸ ਦੇ ਵਿੱਚ ਘੁੰਮਦੀ ਰਹਿੰਦੀ ਆ ਆਤਮਾ ਇੱਕ ਮੈਮਰੀ ਹੈ ਠੀਕ ਹੈ ਜਿਵੇਂ ਮਾਈਂਡ ਇੱਕ ਮੈਮਰੀ ਹੈ ਮਾਈਂਡ ਦੇ ਵਿੱਚ ਜੋ ਅਸੀਂ ਇਸ ਜਨਮ ਦੇ ਵਿੱਚੋਂ ਜਿੰਨੀਆਂ ਚੀਜ਼ਾਂ ਸਿੱਖਦੇ ਆ ਇਹ ਮਾਈਂਡ ਮੈਮਰੀ ਚ ਸਟੋਰ ਹੁੰਦੀਆਂ ਨੇ ਠੀਕ ਹੈ ਕੋਸਮਿਕ ਜਿਹੜੀ એનર્ਜੀ ਜਿਹੜੀ ਸੋਲ ਮੈਮਰੀ ਆ ਉਹ ਜਦੋਂ ਅਸੀਂ ਇਹ ਜੀਵਨ ਨੂੰ ਤਿਆਗ ਦਿੰਨੇ ਆ ਠੀਕ ਹੈ ਜਦੋਂ ਅਸੀਂ ਸਰੀਰ ਨੂੰ ਤਿਆਗ ਦਿੰਨੇ ਆ ਸਰੀਰ ਤਾਂ ਪੰਜ 엘ਿਮੈਂਟਸ ਤੋਂ ਬਣਿਆ ਸਰੀਰ ਆ ਪੰਜ 엘ਿਮੈਂਟਸ ਦੇ ਵਿੱਚ ਹੀ ਮਿਲ ਜਾਂਦਾ ਪਰ ਜਿਹੜੀ ਸਾਡੇ ਥੌਟਸ ਦੀ એનર્ਜੀ ਆ ਉਹ ਉਹ ਕਿੱਥੇ ਜਾਂਦੀ ਹੈ ਉਹ ਉਹ ਵੀ ਤੇ ਟਰਾਂਸਫਾਰਮ ਹੋਣੀ ਚਾਹੀਦੀ ਹੈ ਨਾ ਜੋ ਉਹ ਕਿੱਥੇ ਟਰਾਂਸਫਾਰਮ ਹੁੰਦੀ ਹੈ ਉਹ ਇੱਥੇ ਹੀ ਘੁੰਮਦੀ ਹੈ ਠੀਕ ਹੈ ਨੈਕਸਟ ਆਫ ਦੀ ਲਾਈਫ ਨੂੰ ਲੱਭਦੀ ہوئی ਨੈਕਸਟ ਆਫ ਦੀ ਬਾਡੀ ਨੂੰ ਲੱਭਦੀ ہوئی ਭੂ ਲੋਕਤੀ ਅਗੇਨ ਭੂ ਲੋਕ ਦੇ ਵਿੱਚ ਹੀ ਹੁੰਦੀ ਹੈ ਉਹ ਜਦੋਂ ਵੀ ਆਉਗੀ ਠੀਕ ਹੈ ਨਰਕ ਤੋਂ ਭੂ ਲੋਕ ਹੀ ਆ ਸਕਦਾ ਹੈ ਨਰਕ ਤੋਂ ਸਵਰਗ ਨਹੀਂ ਜਾਇਆ ਸਕਦਾ ਸਦਾ ਭੂ ਲੋਕ ਤੋਂ ਸਵਰਗ ਜਾਇਆ ਜਾ ਸਕਦਾ ਕਿਉਂਕਿ ਸਰੀਰ ਦੇ ਨਾਲ ਹੀ ਸਰੀਰ ਹੀ ਤਾਂ ਹੀ ਤਾਂ ਉਹ ਕਹਿੰਦੇ ਨੇ ਦੇਵੀ ਦੇਵਤੇ ਵੀ ਠੀਕ ਹੈ ਇਹਨੂੰ ਤਰਸਦੇ ਆ ਕਿਉਂਕਿ ਜਿਹੜਾ ਸਵਰਗ ਹੈ ਸਵਰਗ ਤੋਂ ਵੀ ਬਿਉਂਡ ਹੈ ਮੋਕਸ਼ ਮੋਕਸ਼ ਦਾ ਮਤਲਬ ਕੀ ਹੈ ਜਦੋਂ ਤਿੰਨੇ ਲੋਕ ਤੋਂ ਬਿਉਂਡ ਚਲੇ ਜਾਂਦੇ ਆ ਸਵਰਗ ਤੋਂ ਵੀ ਬਿਉਂਡ ਹੈ ਮਤਲਬ ਸਵਰਗ ਦੀ ਜਿਹਨੇ ਕ੍ਰिएशन ਕੀਤੀ ਹੈ ਠੀਕ ਹੈ ਉਹਦੇ ਕੋਲ ਜਾਣਾ ਮੋਕਸ਼ ਲਿਬਰੇਸ਼ਨ ਮੁਕਤੀ ਜਦੋਂ ਤੁਹਾਡੇ ਮਨ ਚ ਕੋਈ ਇੱਛਾ ਨਹੀਂ ਰਹਿੰਦੀ ਮਤਲਬ ਕੀ ਹੈ ਕਿ ਮਨ ਚ ਤਾਂ ਇੱਛਾ ਨਹੀਂ ਰਹੂਗੀ ਮਤਲਬ ਜਿਵੇਂ ਜ਼ੀਰੋ ਤੋਂ ਵੀ ਬਿਉਂਡ ਮਤਲਬ ਡਾਰਕ ਹਨੇਰਾ ਸੋ ਇਹ ਜਿਹੜੀ ਅਵਸਥਾ ਹੈ ਜਿੱਥੋਂ ਸਾਰਾ ਕੁਝ ਨਿਕਲਿਆ ਜਦੋਂ ਮੈਂ ਦੱਸਿਆ ਕਿ ਉਹ ਡਾਰਕ ਹੈ ਕਿਉਂਕਿ ਲੋਜਿਕ ਤੋਂ ਬੇਹੋੜਾ ਠੀਕ ਹੈ ਜਦੋਂ ਉਹਦੇ ਵਿੱਚ ਜਾ ਕੇ ਕਿਸੇ ਚੀਜ਼ ਦਾ ਮਲਾਪ ਹੁੰਦਾ ਆ ਉਹਨੂੰ ਮੋਕਸ਼ ਕਿਹਾ ਜਾਂਦਾ ਲਿਬ੍ਰੇਸ਼ਨ ਕਿਹਾ ਜਾਂਦਾ ਤੇ ਮੈਂ ਪਹਿਲੀ ਜਿਹੜੀ ਵੀਡੀਓ ਆ ਇਸੇ ਜਗ੍ਹਾ ਦੇ ਉੱਤੇ ਐਂਡ ਕਰੂੰਗਾ ਤੇ ਪਰ ਨੌ ਐਪੀਸੋਡ ਆਉਣਗੇ ਔਰ ਕੰਟੀਨਿਊਸਲੀ ਆਉਣਗੇ ਇਸ ਤੋਂ ਅਗਲੇ ਜਿਹੜੇ ਪੋਰਸ਼ਨ ਨੇ ਮੈਂ ਠੀਕ ਹੈ ਨੌ ਐਪੀਸੋਡਸ ਦੇ ਵਿੱਚ ਡਿਵਾਈਡ ਕੀਤਾ ਸੋ ਮੈਂ 10 ਐਪੀਸੋਡਸ ਤੁਹਾਡੇ ਸਾਹਮਣੇ ਰੱਖੂੰਗਾ ਤੁਹਾਨੂੰ ਜਲਦੀ ਮਿਲਦੇ ਆ ਦੂਸਰੀਆਂ ਵੀਡੀਓਜ਼ ਦੇ ਵਿੱਚ ਠੀਕ ਹੈ